ਇੰਗਲੈਂਡ ਦੇ ਮਿਊਜ਼ੀਅਮ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਚਿੱਠੀ ਲੱਗੀ ਹੋਈ ਹੈ, ਜਿਸ ਦੇ ਵਿੱਚ ਇੱਕ ਸਿੱਖ ਲਈ ਇੱਕ ਸਿੱਖ ਮਰਿਆਦਾ ਦਾ ਪੂਰਾ ਵਰਣਨ ਹੈ। ਜਿਵੇਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਦੀ ਦਾਤ ਲਈ ਸੀ, ਕੰਘਾ ਕੜਾ ਕਛਹਿਰਾ ਕਿਰਪਾਨ ਕੇਸ ਪੰਜ ਕਕਾਰਾਂ ਦਾ ਪਹਿਰਾਵਾ ਹਰ ਸਿੱਖ ਦਾ ਧਰਮ ਹੈ। ਇਹਨਾਂ ਕਕਾਰਾਂ ਨੂੰ ਵਰਣਨ ਕਰਦੀ ਚਿੱਠੀ ਸਿੱਖ ਇਤਿਹਾਸ ਦੀ ਹੋਂਦ ਨੂੰ ਦਰਸਾਉਂਦੀ ਹੈ। ਇੰਗਲੈਂਡ ਦੇ ਮਿਊਜ਼ੀਅਮ ਵਿੱਚ ਲੱਗੀ ਇਹ ਚਿੱਠੀ ਅਸਲੀ ਚਿੱਠੀ ਦੀ ਕਾਪੀ ਹੈ। ਅਸਲੀ ਚਿੱਠੀ ਅੱਜ ਵੀ ਪੰਜਾਬ ਦੇ ਕਿਸੇ ਗੁਰਦੁਆਰਾ ਵਿੱਚ ਸਾਂਭੀ ਹੋਈ ਹੈ। ਅੱਜ ਤੋਂ 3.5 ਸਾਲ ਪਹਿਲਾਂ ਲਿਖੀ ਇਹ ਚਿੱਠੀ ਏਕਮਕਾਰ ਤੋਂ ਸ਼ੁਰੂ ਹੋਈ, ਜਿਸ ਵਿੱਚ ਪਰਮਾਤਮਾ ਏਕ ਹੈ ਦਾ ਸੰਦੇਸ਼ ਹੈ। ਕੀ ਲਿਖਿਆ ਹੋਇਆ ਇਸ ਚਿੱਠੀ ਦੇ ਅੰਦਰ, ਦੇਖਦੇ ਹਾਂ ਇਹ ਵੀਡੀਓ। ਪਹਿਲੀ ਗੱਲ ਲਿਖਦੇ ਆ ਕਿ ਏਕਮਕਾਰ ਸਤਿਗੁਰੂ ਜੀ ਸਹਾਇ, ਕਿਉਂਕਿ ਹਰ ਸ਼ਬਦ ਜਿਹੜਾ ਆਪਣਾ ਏਕਮਕਾਰ ਤੋਂ ਸ਼ੁਰੂ ਹੁੰਦਾ। ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ। ਇਹ ਤੁਸੀਂ ਇਸ ਨਾ ਚਿੱਠੀ ਦੇ ਵਿੱਚ ਇਕੱਲੇ ਇਕੱਲੇ ਅੱਖਰ 'ਚ ਰਾਜ ਆ ਜਿਹੜਾ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਦੱਸਣ ਦੀ, ਕਹਿੰਦੇ ਤੁਸਾਂ ਉੱਪਰ ਸਾਡੀ ਬਹੁਤ ਖੁਸ਼ੀ ਹੈ। ਖੁਸ਼ੀ ਦਾ ਕਾਰਨ ਇਹ ਸੀਗਾ ਬਈ ਕਾਬਲ ਦੀਆਂ ਸੰਗਤਾਂ ਦੇ ਨਾਲ ਗੁਰੂ ਘਰ ਦਾ ਪਿਆਰ ਬਹੁਤ ਸੀ, ਉਹਨਾਂ ਦਾ ਵੀ ਤੇ ਇਹਨਾਂ ਦਾ ਵੀ। ਜਦੋਂ ਉਹ ਆਉਂਦੇ ਸੀ ਤਾਂ ਚਹਿਲ ਪਹਿਲ ਵੱਖਰੀ ਸੀ, ਕਿਉਂਕਿ ਵੱਡੇ ਜਥਿਆਂ ਦੇ ਰੂਪ 'ਚ ਆਉਂਦੇ ਸੀ, ਤੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਵੀ ਚਾਅ ਹੁੰਦਾ ਸੀ ਵੀ ਉੱਥੋਂ ਦੀਆਂ ਸੰਗਤਾਂ ਨੇ ਵਧੀਆ ਸ਼ਾਸਤਰ ਲੈ ਕੇ ਆਉਣੇ ਆ, ਵਧੀਆ ਘੋੜੇ ਲੈ ਕੇ ਆਉਣੇ ਆ, ਹਨਾ। ਤਾਂ ਉਹ ਇਸ ਕਰਕੇ ਬੜਾ ਇੱਕ ਮਾਹੌਲ ਕਹਿੰਦੇ ਵਧੀਆ ਹੁੰਦਾ ਸੀ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਗੁਰੂ ਸਾਹਿਬ ਨੇ ਕਲੀਅਰ ਕਰ ਦਿੱਤਾ ਵੀ ਪੰਜ ਸਿੰਘ ਅੰਮ੍ਰਿਤ ਛਕਾਉਣਗੇ, 4-3-2-1 ਨਹੀਂ ਕਰ ਸਕਦਾ। ਕੇਸ ਰੱਖਣੇ ਇਹ ਸਾਡੀ ਮੋਹਰ ਆ। ਹੁਣ ਆਪਾਂ ਹਮੇਸ਼ਾ ਪੜ੍ਹਦੇ ਹਾਂ ਮੋਹਰ ਆ, ਕਦੀ ਅਸੀਂ ਗੌਰ ਨਹੀਂ ਕਰਦੇ ਵੀ ਗੁਰੂ ਸਾਹਿਬ ਨੇ ਮੋਹਰ ਕਾਹਦੇ ਕਿਹਾ। ਪਾਸਪੋਰਟ ਤੇ ਜੇ ਮੋਹਰ ਨਾ ਲੱਗੀ ਹੋਵੇ ਉਹ ਵੈਰੀਫਾਈਡ ਨਹੀਂ, ਕੋਈ ਵੀ ਡਾਕੂਮੈਂਟਸ ਜੇ ਉੱਤੇ ਮੋਹਰ ਨਹੀਂ ਨਾ ਤਾਂ ਉਹ ਕਾਗਜ਼ ਦਾ ਟੁਕੜਾ ਆ। ਇਸੇ ਤਰ੍ਹਾਂ ਉਹ ਕਹਿੰਦੇ ਕਿ ਕੇਸ ਤੁਹਾਡੇ ਸਿਰ ਤੇ, ਤੁਹਾਡੇ ਤੇ ਮੇਰੀ ਸਟੈਂਪ ਆ। ਅਗਲੀ ਗੱਲ ਉਹਨਾਂ ਲਿਖੀ ਕਛ ਕਿਰਪਾਨ ਦਾ ਵਿਸਾਹ ਨਾ ਕਰਨਾ, ਕਛਹਿਰਾ ਤੇ ਕਿਰਪਾਨ ਦੋਨੇ ਚੀਜ਼ਾਂ ਸਾਡੀਆਂ, ਇਹਨਾਂ ਦਾ ਵਿਸਾਹ ਨਹੀਂ ਕਰਨਾ। ਅਗਲੀ ਗੱਲ ਲਿਖੀ ਸਰਬ ਲੋਹ ਦਾ ਕੜਾ ਹੱਥ ਰੱਖਣਾ, ਜਿਹੜੇ ਅਸੀਂ ਪੰਜ ਕਕਾਰ ਕਹਿੰਦੇ ਹਾਂ ਗੁਰੂ ਸਾਹਿਬ ਨੇ ਇਕੱਲੇ ਇਕੱਲੇ ਦੀ ਲਿਖ ਕੇ ਦਿੱਤੀ। ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸਿਉਂ ਕਰਨੀ। ਜਦੋਂ ਅਸੀਂ ਇਹ ਚਿੱਠੀ ਬਾਰੇ ਪੜ੍ਹ ਰਹੇ ਸੀ ਨਾ ਤਾਂ ਸਿੱਖਿਆ ਇਹਦੇ ਬਾਰੇ ਕੀ ਸੰਗਤਾਂ ਨੂੰ ਕੀ ਦੱਸਣਾ, ਡਾਕਟਰ ਵਿਰਕ ਹੋਣਾ ਨੇ ਹੋਰਨਾਂ ਸਾਰਿਆਂ ਸਾਨੂੰ ਸਮਝਾਇਆ, ਉਹ ਕਹਿੰਦੇ ਕਿ ਦੋਨੋਂ ਵਕਤ ਲਿਖਿਆ, ਇਹਦਾ ਮਤਲਬ ਇਹ ਕਿ ਸਿੱਖ ਆਲਸੀ ਨਹੀਂ ਹੋਊਗਾ, ਮੇਰਾ ਸਿੱਖ ਲੇਜ਼ੀ ਨਹੀਂ ਹੋਊਗਾ। ਤੇ ਤੀਸਰੀ ਗੱਲ, ਸਰਬੱਤ ਸੰਗਤ ਅਭਾਖਿਆਂ ਦਾ ਕੁੱਠਾ ਮਾਸ ਖਾਵੇ ਨਹੀਂ। ਹਿੰਦੂ ਤਾਂ ਖਾਂਦਾ ਨਹੀਂ ਸੀ, ਇੱਕੋ ਇੱਕ ਜਮਾਤ ਮਾਸ ਖਾਂਦੀ ਸੀ, ਗੁਰੂ ਸਾਹਿਬ ਨੇ ਵਰਜਿਆ ਵੀ ਉਹ ਨਹੀਂ ਤੁਸੀਂ ਖਾਣਾ। ਪਰ ਜੇ ਜਿਹੜੀ ਉਹ ਝਟਕੇ ਵਾਲੀ ਲੋਕ ਕੁੰਡੀਆਂ ਡਾਲ ਲੈਂਦੇ ਇੱਥੇ, ਜੇ ਖਾਣ ਦੀ ਆਗਿਆ ਦੇਣੀ ਹੁੰਦੀ ਜਿੱਥੇ ਗੁਰੂ ਨੇ ਮਨਾ ਕੀਤਾ, ਅਗਲੇ ਕਹਿ ਸਕਦੇ ਸੀ ਨਾ ਵੀ ਅਗਲੀ ਗੱਲ ਜੇ ਕਰਨੀ ਆ ਤਾਂ ਇੱਦਾਂ ਕਰ ਲਿਓ। ਅੱਛਾ, ਕਿਤੇ ਨਹੀਂ ਲਿਖਿਆ। ਆਹ ਦੇਖੋ, ਇੱਕ ਇਸ ਅੱਖਰ 'ਚ ਵੀ ਰਾਜ ਆ, ਤੰਬਾਕੂ ਨਾ ਵਰਤਣਾ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਤੰਬਾਕੂ ਨਾ ਖਾਣਾ। ਹੁਣ ਤੁਸੀਂ ਦੇਖੋ ਵਰਤਣਾ, ਵਰਤਣ ਤੋਂ ਭਾਵ ਇਹਦੇ ਸੰਬੰਧੀ ਕੋਈ ਵਪਾਰ ਵੀ ਨਹੀਂ ਕਰਨਾ, ਲੈਣ ਦੇਣ ਵੀ ਨਹੀਂ ਕਰਨਾ, ਨਾ ਖਰੀਦਣਾ ਨਾ ਵੇਚਣਾ ਨਾ ਕੁਛ। ਖਾਣਾ ਤਾਂ ਵੱਖਰੀ ਗੱਲ ਹੈ, ਹਨਾ। ਹੁਣ ਰਾਜ ਸੀ ਨਾ ਇਸ ਗੱਲ ਦੇ ਵਿੱਚ, ਭਾਦਨੀ ਤਥਾ ਕੰਨਿਆ ਮਾਰਨ ਵਾਲੇ ਸੀ ਮੇਲ ਨਾ ਰੱਖੇ। ਸਿਰ ਮਨਾਉਣ ਵਾਲਾ ਭਾਦਨੀ ਹੁੰਦਾ ਤੇ ਕੰਨਿਆ ਮਾਰਨ ਜਿਹੜਾ ਕੁੜੀ ਮਾਰਦਾ। ਹੁਣ ਤੁਸੀਂ ਦੇਖੋ ਅੱਜ ਕਿੰਨੇ ਸੌ ਸਾਲ ਬਾਅਦ ਸਾਨੂੰ ਇਹ ਸਮੱਸਿਆ ਆਈ, ਲੋਕ ਧੀਆਂ ਨੂੰ ਪੇਟ ਚ ਮਾਰਦੇ ਆ, ਗੁਰੂ ਸਾਡਾ ਲਿਖ ਕੇ ਦੇ ਗਿਆ ਕੰਮ ਨਾ ਕਰੇ। ਆਹ ਦੇਖੋ ਕਿੱਡੀ ਵੱਡੀ ਰਾਜ ਦੀ ਗੱਲ, ਗੁਰਬਾਣੀ ਪੜ੍ਹਨੀ, ਵਾਹਿਗੁਰੂ ਜਪਣਾ। ਜਿਹੜੇ ਕਹਿ ਦਿੰਦੇ ਆ ਵੀ ਮੂਲ ਮੰਤਰ ਜਾਂ ਗੁਰਮੰਤਰ ਆ ਆ ਜਾਂ ਨਹੀਂ, ਜਾਂ ਸਾਡਾ ਗੁਰੂ ਲਿਖ ਕੇ ਦੇ ਰਿਹਾ। ਅਗਲੀ ਗੱਲ ਕੀ ਲਿਖੀ, ਗੁਰੂ ਕੀ ਮੱਤ ਰੱਖਣੀ, ਕੰਮ ਜਿਹੜਾ ਮਰਜ਼ੀ ਕਰਿਓ ਗੁਰੂ ਕੀ ਮੱਤ ਰੱਖਿਓ। ਫੇਰ ਕਹਿੰਦੇ ਸਰਬੱਤ ਸੰਗਤ ਉੱਪਰ ਮੇਰੀ ਖੁਸ਼ੀ। ਹੁਣ ਤੁਸੀਂ ਦੱਸੋ ਵੀ ਆਹ ਹੀ ਗੱਲਾਂ ਸਿੱਖ ਰਹਿਤ ਮਰਿਆਦਾ ਚ ਆ, ਹਨਾ। ਤੇ ਇਹ ਤਾਂ ਸਾਡੇ ਸਮਝਣ ਦੀ ਗੱਲ ਆ। 10th ਪਾਤਸ਼ਾਹ ਦੇ ਨਾਲ ਆ ਕੇ ਹੋਇਆ, ਸ਼ੁਰੂ ਤੋਂ ਸੀਗਾ ਜਿਉਂ 6ਵੇਂ ਪਾਤਸ਼ਾਹ ਦੇ ਟਾਈਮ ਦੀਆਂ ਆਪਾਂ ਨੂੰ ਜਾਂ ਗੁਰੂ ਅਰਜਨ ਪਾਤਸ਼ਾਹ ਦੇ ਟਾਈਮ ਦੀਆਂ ਸਾਖੀਆਂ ਸੁਣਨ ਨੂੰ ਮਿਲਦੀਆਂ, ਹਨਾ। ਤੁਸੀਂ ਇਸ ਹੱਥ ਲਿਖਤ ਚਿੱਠੀ ਨੂੰ ਸੁਣ ਕੇ ਕਿਵੇਂ ਮਹਿਸੂਸ ਕਰ ਰਹੇ ਹੋ, ਸਾਨੂੰ ਆਪਣਾ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਸਿੱਖ ਇਤਿਹਾਸ ਦੀਆਂ ਹੋਰ ਮੁੱਢਲੀਆਂ ਜਾਣਕਾਰੀਆਂ ਲਈ ਹਮੇਸ਼ਾ ਦੇਖਦੇ ਰਹੋ ਕੈਂਟ ਪੰਜਾਬ। ਕੈਂਟ ਪੰਜਾਬ।